ਜੋ ਤੁਸੀਂ ਇਹ ਸਾਰਾ ਮੇਲਾ ਦੇਖ ਰਹੇ ਹੋ ਟੂਰਨਾਮੈਂਟ ਦਾ, ਇਸ ਨੂੰ ਉਲੀਕਣ ਵਾਸਤੇ ਸਭ ਸਤਨਾਮ ਸਿੰਘ ਸੱਤਾ ਯੋਗ ਪ੍ਰਧਾਨ ਹਨ, ਟਾਹਲੀ ਬੱਲਾ ਇੰਟਰਨੈਸ਼ਨਲ ਵੈਲਫੇਅਰ ਸਟੱਡੀ USA, ਉਹਨਾਂ ਦਾ ਬਹੁਤ ਵੱਡਾ ਉਪਰਾਲਾ ਹੈ ਇਸ ਕਮੇਟੀ ਨੂੰ ਚਲਾਉਣ ਦਾ ਔਰ ਇਸ ਟੂਰਨਾਮੈਂਟ ਨੂੰ ਕਰਵਾਉਣ ਦਾ, ਜਿਨ੍ਹਾਂ ਨੇ ਸਪੈਸ਼ਲ ਅਮਰੀਕਾ ਤੋਂ ਆਪਣਾ ਕਾਰੋਬਾਰ ਛੱਡਦੇ ਹੋਏ ਆਪਣੇ ਨਾਲ ਸਾਥੀ ਲੈ ਕੇ ਬਰਜਿੰਦਰ ਸਿੰਘ ਬੱਲਾ ਮਲਦਾਨੀ ਸਾਹਿਬ ਉਹ ਵੀ ਉਹਨਾਂ ਨਾਲ ਆਏ ਹਨ, ਸੁਖਵਿੰਦਰ ਸਿੰਘ ਰਿੰਪੀ ਉਹ ਵੀ ਨਾਲ ਆਏ ਹਨ, ਇਹਨਾਂ ਨਾਲ ਮੁਖਤਿਆਰ ਸਿੰਘ ਮੁੱਖਾ ਜੋ ਕਿ ਸਰਦਾਰ ਹੰਸਾ ਸਿੰਘ ਖੋਤਰ ਹਨ, ਉਹ ਵੀ ਇਸ ਟੂਰਨਾਮੈਂਟ ਵਾਸਤੇ ਸਪੈਸ਼ਲ ਤੌਰ 'ਤੇ ਅਮਰੀਕਾ 'ਚ ਚੱਕਰ ਚੱਲ ਕੇ ਇੱਥੇ ਆਏ ਹਨ। ਜੋ ਅੱਜ ਉਹ ਟੂਰਨਾਮੈਂਟ ਹੋ ਰਿਹਾ, ਜੋ ਤੁਸੀਂ ਮੇਲਾ ਦੇਖ ਰਹੇ ਹੋ, ਇਹ ਇਹਨਾਂ ਹੀ ਲੋਕਾਂ 'ਤੇ ਸਦਕਾ ਹੈ ਜਿਨ੍ਹਾਂ ਦੇ ਚੇਅਰਮੈਨ ਸਾਹਿਬ ਜੈਮਲ ਸਿੰਘ ਜੀ ਹਨ, ਸਕੱਤਰ ਸਰਦਾਰ ਬਲਵੀਰ ਸਿੰਘ ਜੀ ਹਨ, ਸਰਵਜੀਤ ਸਿੰਘ ਬਿੱਟੂ ਸਪੋਰਟਸ ਚੇਅਰਮੈਨ ਹਨ, ਰੌਣਕ ਸਿੰਘ ਵਾਈਸ ਪ੍ਰਧਾਨ ਬੱਲਾ, ਸੁਖਵਿੰਦਰ ਸਿੰਘ ਵਾਈਸ ਪ੍ਰਧਾਨ ਬੱਲਾ, ਸਤਵਿੰਦਰ ਸਿੰਘ ਮੁਲਤਾਨੀ ਸਰਪ੍ਰਸਤ, ਸੂਬੇਦਾਰ ਸਰੂਪ ਸਿੰਘ ਜੀ। ਵਾਹ ਜੀ ਵਾਹ, ਕਿਆ ਬਾਤ ਹੈ! ਇਹ ਉਹ ਇਨਸਾਨ ਹਨ ਜੋ ਇਸ ਧਰਤੀ ਤੋਂ ਪਲ ਕੇ ਇੰਡੀਆ ਲੈਵਲ 'ਤੇ ਨਹੀਂ ਪਲ ਕੇ ਦੁਨੀਆਂ ਲੈਵਲ 'ਤੇ ਉਹਨਾਂ ਨੇ ਗੇਮ ਕੀਤੀ ਹੈ, ਜੋ ਅੱਜ ਧਰਤੀ ਅਮੈਰੀਕਾ ਵਿਖੇ ਰਹਿ ਰਹੇ ਹਨ, ਆਪਣੇ ਪਰਿਵਾਰ ਨਾਲ ਸੈਟਲ ਹਨ। ਉਹਨਾਂ ਦਾ ਬੇਟਾ ਰਿੰਪੀ ਸਪੈਸ਼ਲ ਤੌਰ 'ਤੇ ਇਸ ਟੂਰਨਾਮੈਂਟ ਪਹੁੰਚਿਆ ਹੈ, ਉਹਨਾਂ ਨੇ ਹੀ ਭੇਜਿਆ ਹੈ, ਉਹਨਾਂ ਦੀ ਡਿਊਟੀ ਲਾਈ ਹੋਈ ਹੈ। ਅਸੀਂ ਸਰੂਪ ਸਿੰਘ ਦਾ ਧੰਨਵਾਦ ਕਰਦੇ ਹਾਂ। ਸਤਪੂਰਵ ਸਿੰਘ ਜੀ ਸਰਪ੍ਰਸਤ ਪਿੰਡ ਬੱਲਾ, ਰਵਿੰਦਰ ਸਿੰਘ ਰਜਿੰਦਰਪਾਲ ਸਿੰਘ ਪਟਵਾਰੀ, ਜਿਹਨੂੰ ਕਿ ਛੋਟਾ ਨਾਮ ਪਿੰਡ ਵਾਸੀ ਰਾਜਨਗਰ ਜਾਣਦੇ ਹਨ, ਰਜਿੰਦਰਪਾਲ ਸਿੰਘ ਪਟਵਾਰੀ ਉਹ ਵੀ ਇਸ ਸੁਸਾਇਟੀ ਸਰਪ੍ਰਸਤ ਹਨ, ਮਨਮੋਹਨ ਸਿੰਘ ਟਾਹਲੀ, ਹਰਬਖਸ਼ ਟਾਹਲ ਸਪੁੱਤਰ, ਮਲਕੀਤ ਸਿੰਘ ਜੀ, ਮੰਗ ਸਿੰਘ ਮੰਗੀ ਜੋ ਕਿ ਇਸ ਪਿੰਡ ਦੇ ਬਹੁਤ ਹੀ ਵਧੀਆ ਸਿੰਗਰ, ਅੱਜ ਵੀ ਉਹਨਾਂ ਸ਼ੌਕ ਹੈ ਜੇ ਕਿਤੇ ਅਮੈਰੀਕਾ ਦੇ ਕੋਈ ਛੋਟਾ ਮੋਟਾ ਫੰਕਸ਼ਨ ਜਾਂ ਕੋਈ ਪਾਰਟੀ ਵਗੈਰਾ ਹੁੰਦੀ ਹੈ, ਉੱਥੇ ਉਹਨਾਂ ਨੇ ਆਪਣਾ ਕਲਾ ਦਾ ਪ੍ਰਦਰਸ਼ਨ ਕਰਦੇ ਹੋਏ ਜ਼ਰੂਰ ਹਾਜ਼ਰੀ ਲਵਾਉਣੀ ਹੁੰਦੀ ਹੈ। ਗੁਰਮੇਲ ਸਿੰਘ ਗੈਲੀ ਬਹੁਤ ਵਧੀਆ ਇਨਸਾਨ, ਮੇਰੇ ਕਲਾਸ ਫੈਲੋ ਸੁਖਦੇਵ ਸਿੰਘ ਜੀ, ਕੁਲਵਿੰਦਰ ਸਿੰਘ ਜੀ ਔਰ ਗੁਰਪ੍ਰੀਤ ਸਿੰਘ ਜੀ, ਗੁਰਨਾਮ ਸਿੰਘ ਜੋ ਕਿ ਸਤਨਾਮ ਸਿੰਘ ਸੱਤਾ ਛੋਟੇ ਭਰਾ ਹਨ, ਉਹਨਾਂ ਦਾ ਵੀ ਇਸ ਸੁਸਾਇਟੀ ਵਿੱਚ ਬਹੁਤ ਵੱਡਾ ਯੋਗਦਾਨ ਹੈ। ਮੈਂ ਕਮੇਟੀ ਨੂੰ ਤਹਿਤ ਨੂੰ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਇਸ ਪਿੰਡ ਵਿੱਚ ਆ ਕੇ ਪੈਸਾ ਖਰਚ ਕਰਕੇ ਆਪਣਾ ਪਿਆਰ ਦਾ ਸਬੂਤ ਦਿੰਦੇ ਹੋਏ ਇਸ ਧਰਤੀ 'ਤੇ ਅੱਜ ਮੇਲਾ ਆਯੋਜਿਤ ਕੀਤਾ ਹੈ। ਅਸੀਂ ਸ਼ੁਭ ਇੱਛਾਵਾਂ ਭੇਟ ਕਰਦੇ ਹਾਂ ਪਰਮਾਤਮਾ ਵਿੱਚ। ਮੈਂ ਅਰਦਾਸ ਬੇਨਤੀ ਕਰਦੇ ਹਾਂ ਕਿ ਇਹ ਕਮੇਟੀ ਇਸੇ ਤਰ੍ਹਾਂ ਹੀ ਦਿਨ ਰਾਤ ਦਿਨ ਚੁਕਣੀ ਤਰੱਕੀ ਕਰਦੇ ਰਹੇ ਔਰ ਆਉਣ ਸਮੇਂ 'ਚ ਇਸ ਤਰ੍ਹਾਂ ਹੀ ਇਸ ਤੋਂ ਵੱਡੇ ਵੱਡੇ ਮੇਲੇ ਇਸ ਪਿੰਡ ਵਿੱਚ ਲੱਗਿਆ ਕਰਨ। ਹੈਲੋ, ਮੈਂ ਬੇਨਤੀ ਕਰਾਂਗਾ ਦੋਨਾਂ ਟੀਮਾਂ ਨੂੰ, ਉਸ ਸਾਹਿਬ ਨੂੰ ਵੀ ਬੇਨਤੀ ਕਰਾਂਗਾ ਦੋਨਾਂ ਟੀਮਾਂ ਲਾਈਨ ਅਪ ਹੋਣ ਔਰ ਇਹਨਾਂ ਦੀ ਇੰਟਰੋਡਿਊਸ ਕਰਾਉਣ ਵਾਸਤੇ ਜੁਗਿੰਦਰ ਸਿੰਘ ਪ੍ਰਧਾਨ ਅਕਾਲੀ ਦਲ ਦੇ, ਸ਼ੀਤਲ ਸਿੰਘ ਜੀ, ਹਰਭਜਨ ਸਿੰਘ ਜੀ ਕੋਨਾ ਸਾਹਿਬ, ਸੁਰਿੰਦਰ ਸਿੰਘ ਬੈਂਕ ਮੈਨੇਜਰ ਸਾਹਿਬ ਸੁਰਿੰਦਰ ਸਿੰਘ ਜੀ, ਹਰਭਜਨ ਸਿੰਘ ਜੀ, ਸੀਤਲ ਸਿੰਘ ਜੀ, ਜੋਗਿੰਦਰ ਸਿੰਘ ਜੀ, ਇਹਨਾਂ ਨੂੰ ਬੇਨਤੀ ਕਰਦਾ ਹਾਂ ਕਿ ਚਾਰੋਂ ਬੰਦੇ ਆ ਕੇ ਗਰਾਊਂਡ ਵਿੱਚ ਟੀਮਾਂ ਨਾਲ ਇੰਟਰੋਡਿਊਸ ਹੋਣ। ਮੈਂ ਸਰਦਾਰ ਮਾਨ ਸਿੰਘ, ਸਾਬਕਾ ਸਰਪੰਚ ਪਿੰਡ ਬੱਲਾ, ਉਹ ਵੀ ਇਸ
ਗਰਾਊਂਡ ਵਿੱਚ ਪਹੁੰਚੇ ਹੋਏ ਹਨ ਉਹਨਾਂ ਦਾ ਵੀ ਧੰਨਵਾਦ ਕਰਦਾ ਹਾਂ। ਹੁਣ ਇਸ ਉਮਰ 'ਚ ਆ ਕੇ ਸਵੇਰ ਦੇ ਆ ਕੇ ਬੈਠੇ ਹੋਏ ਹਨ ਉਹਨਾਂ ਜੀਆਂ ਧੰਨਵਾਦ। ਸਾਬਕਾ ਸਰਪੰਚ ਸਰਦਾਰ ਸੂਰ ਸਿੰਘ ਜੀ ਵੀ ਨਾਲ ਆ ਰਹੇ ਹਨ ਟੀਮਾਂ ਨਾਲ ਇੰਟਰਡਿਊਸ ਹੋਣ ਵਾਸਤੇ। ਵਧੀਆ ਗੱਲ ਹੈ, ਬਹੁਤ ਵੱਡੀ ਗੱਲ ਹੈ ਕਿ ਅੱਜ ਉਹ ਧਰਤੀ ਜਿੱਥੇ ਕਿਸੇ ਟਾਈਮ 'ਤੇ ਸੁਖਦੇਵ ਸਿੰਘ ਪਾਇਲਟ, ਸ਼ਹੀਦ ਸੁਖਦੇਵ ਸਿੰਘ ਪਾਇਲਟ ਦੇ ਨਾਂ 'ਤੇ ਬਹੁਤ ਵੱਡਾ ਟੂਰਨਾਮੈਂਟ ਹੋਇਆ ਕਰਦਾ ਸੀ, ਅੱਜ ਉਹ ਫਿਰ ਸਾਰੇ ਦਿਨ ਸਾਨੂੰ ਯਾਦ ਆ ਰਹੇ ਹਨ। ਬਹੁਤ ਵਧੀਆ ਗੱਲ ਹੈ। ਅਰਦਾਸ ਬੇਨਤੀ ਕਰਦੇ ਹਾਂ ਸੱਚੇ ਪਾਤਸ਼ਾਹ ਚਰਨਾਂ 'ਚ ਕਿ ਅੱਜ ਜੋ ਮੇਲਾ ਭਰਿਆ ਹੈ ਸ਼ਾਮ ਤੱਕ ਪਰਮਾਤਮਾ ਰਹਿਮ ਕਰੇ, ਮਿਹਰ ਕਰੇ, ਮੌਸਮ ਸਾਫ ਰਹੇ ਤਾਂ ਕਿ ਦੁਨੀਆ ਲੋਕ ਜੋ ਦੂਰ ਦੂਰ ਬੈਠੇ ਹਨ ਦੇਸ਼ਾਂ ਵਿਦੇਸ਼ਾਂ 'ਚ ਇੰਟਰਨੈਟ ਲਾਈਵ ਦੇਖ ਰਹੇ ਹਨ ਉਹ ਇਸ ਟੂਰਨਾਮੈਂਟ ਦਾ ਆਨੰਦ ਮਾਣ ਸਕਣ। ਹੁਣ ਬੇਨਤੀ ਹੈ ਪਲੀਜ਼ ਸੁਰਿੰਦਰ ਸਿੰਘ ਜੀ। ਸਰ ਜੀ, ਇਹ ਪਤਵੰਤੇ ਸੱਜਣ ਜਿਹੜੀ ਅੱਜ ਦੀ ਕਮਾਂਡ ਹੈ ਸਾਡੇ ਸਰਦਾਰ ਦਇਆ ਸਿੰਘ, ਸਾਡੇ ਸੱਤੇ ਪਹਿਲਵਾਨ ਦੇ ਡੈਡੀ ਕੁਲਵਿੰਦਰ ਸਿੰਘ ਬੱਬਲ ਵਰਗੇ ਨੌਜਵਾਨ ਜਿਹੜੇ ਸਿਆਸਤ ਦੀ ਦੁਨੀਆ ਦੇ ਵਿੱਚ ਸਰਗਰਮ ਨੇਤਾ, ਅੱਜ ਦੀ ਇਹ ਕਮਾਂਡ ਕਰਦੇ ਹੋਏ ਸਾਡੇ ਵੀਰ ਸਾਰਿਆਂ ਨੂੰ ਤੇ ਨਾਲੇ ਇੱਕ ਖਾਸ ਕਰਕੇ ਖਿਡਾਰੀ ਵੀਰਾਂ ਵਾਸਤੇ ਸੂਚਨਾ, 5 ਤੇ 6 ਤਰੀਕ ਨੂੰ ਪਿੰਡ ਪੱਧਰ ਤੇ 55 ਕਿੱਲੋ ਦੇ ਮੈਚ ਰੱਖੇ ਗਏ ਨੇ। ਪਿੰਡ ਪੱਧਰ ਦਾ 18-25 ਇਨਾਮ ਹੈ ₹400 ਦੋਨਾਂ ਟੀਮਾਂ ਵਾਸਤੇ ਤੇ ₹100 ਕਮਿੰਟਰ ਦੀਆਂ ਬੋਲਾਂ ਤੋਂ ਖੁਸ਼ ਹੋ ਕੇ ਬਈ ਮੇਰੇ ਵਾਸਤੇ ਪ੍ਰਧਾਨ ਜੋਗਿੰਦਰ ਸਿੰਘ ਨੇ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਜੋਗਿੰਦਰ ਸਿੰਘ ਨੇ ₹100 ਕਮਿੰਟਰੀ ਦੇ ਬੋਲਾਂ ਤੋਂ ਖੁਸ਼ ਹੋ ਕੇ ਤੇ ₹200 ਦੋਨਾਂ ਟੀਮਾਂ ਵਾਸਤੇ। ਚਲੋ ਫਿਰ ਜਦੋਂ ਮੇਰੇ ਕੋਲ ਇਕੱਠਾ ਹੋਏਗਾ ਮੈਂ ਦੇ ਦਿਆਂਗਾ ਅੱਜ ਤੱਕ। ਹਾਂਜੀ, ਸੁਰਿੰਦਰ ਸਿੰਘ ਮਹਿੰਦਰ ਸਾਹਿਬ ਨਾਲ ਮੈਂਬਰ ਸਾਹਿਬ ਮੇਰੇ ਵਾਸਤੇ ਆਉਂਦਿਆਂ ਹੀ ਪਹਿਲਾਂ ₹100 ਦਾ ਖੂਬਸੂਰਤ ਨਾਮ ਦਿੱਤਾ ਸੀ, ਹੁਣ ਫਿਰ ਦੂਜੀ ਤੀਜੀ ਵਾਰੀ ਮੈਂਬਰ ਸਾਹਿਬ ਸਰਦਾਰ ਅਜਾਇਬ ਸਿੰਘ ਤੇ ਪ੍ਰਧਾਨ ਜਗਤਾਰ ਸਿੰਘ ਜੀ ਉਹਨਾਂ ਦੀ ਰਹਿਨਮਈ ਹੈ ਜਿਨ੍ਹਾਂ ਦੇ ਅੱਜ ਦਾ ਇਹ ਮੇਲਾ ਚੱਲਦਾ ਪਿਆ। ₹100 ਮੇਰੇ ਵਾਸਤੇ ਕਮਿੰਟਰੀ ਦੇ ਬੋਲਾਂ ਤੋਂ ਖੁਸ਼ ਹੋ ਕੇ ਦਿੱਤਾ, ਮੈਂ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ ਮੈਂਬਰ ਸਾਹਿਬ ਦਾ ਜਿਨ੍ਹਾਂ ਨੇ ਇਸ ਕਮੇਟੀ ਨੂੰ ਵੀ ਬੜਾ ਤਗੜਾ ਯੋਗਦਾਨ ਹੈ ਤੇ ਮੇਰੇ ਵਾਸਤੇ ਵੀ ਸਾਡੇ ਸੁਰਿੰਦਰ ਸਿੰਘ ਜੀ ਮੈਨੇਜਰ ਸਾਹਿਬ ਵੀ ਇਹਨਾਂ ਦੇ ਔਰ ਸਤਪਾਲ ਸਿੰਘ ਜੀ ਸੱਤਾ ਪਹਿਲਵਾਨ ਸਾਹਿਬ ਉਹਨਾਂ ਦੇ ਡੈਡੀ ਜੀ ਸਰਦਾਰ ਦਇਆ ਸਿੰਘ ਉਹਨਾਂ ਵੱਲੋਂ ਵੀ ਬਹੁਤ ਤਗੜੇ ਇਨਾਮ ਜਿਹੜੇ ਆ ਉਹ ਦਿੱਤੇ ਜਾ ਰਹੇ ਆ। ਅਸੀਂ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ ਸਾਡੇ ਬਾਬਾ ਜੀ ਸਰਦਾਰ ਦਇਆ ਸਿੰਘ ਬਹਾਦਰ ਟਾਲੀ ਦਾ 65 ਕਿੱਲੋ ਦਾ ਪਲੇਅਰ ਆ, ਮੰਗਲ ਕੋਚ ਨੂੰ ਮਿਲੇ ਬਈ ਆ ਕੇ 15-2 ਦਾ ਮੈਚ ਹੈ
ਆ ਮੇਰੇ ਖੱਬੇ ਪਾਸੇ ਹੈਗੀ ਆ ਸੁਰਖਪੁਰ ਦੀ ਟੀਮ ਤੇ ਸੱਜੇ ਪਾਸੇ ਇਬਨ ਦੀ ਭਾਜੀ SHO ਸਾਹਿਬ ਨੋਟ ਕਰੋ ਮੇਰੇ ਵੀਰ ਸੱਜੇ ਪਾਸੇ ਹੈਗੀ ਆ ਸੁਰਖਪੁਰ ਦੀ ਕੁਲਵਿੰਦਰ ਸਿੰਘ ਜੀ ਭਾਜੀ ਆ ਨੋਟ ਕਰ ਲਿਓ ਸੱਜੇ ਪਾਸੇ ਸੁਰਖਪੁਰ ਤੇ ਖੱਬੇ ਪਾਸੇ ਇਬਨ ਤਾਂ ਮੈਂ ਕਹਿ ਰਿਹਾ ਸੀ ਖਿਡਾਰੀ ਵੀਰਾਂ ਨੂੰ ਨੋਟ ਕਰੋ ਇਹ ਪਿੰਡ ਸਲੇਮਪੁਰ ਦੇ ਵਿੱਚ 5 ਤੇ 6 ਦਾ ਮੇਲਾ ਬੜਾ ਤਕੜਾ ਹੈ ਜਿਸ 'ਚ 55 ਕਿੱਲੋ ਦੀਆਂ ਟੀਮਾਂ ਦੇ ਇੱਕ ਪਿੰਡ ਓਪਨ ਪਹਿਲਾ ਦੇਣ ਤੇ 18 ਤੇ 25 ਇੱਕ ਪਿੰਡ ਓਪਨ ਦੇ ਇਨਾਮ ਨੇ ਮੇਰਾ ਵੀਰ ਨੋਟ ਕਰ ਲਓ ਜੀ ਹੈਲੋ ਲੱਗਦਾ ਹੈ ਇਹ ਜੋ ਮੇਲਾ ਬਹੁਤ ਵੱਡੀ ਗਿਣਤੀ 'ਚ ਭਰਦਾ ਜਾ ਰਿਹਾ ਹੈ ਔਰ ਨਾਲ ਨਾਲ ਮਾਇਆ ਵੀ ਬਹੁਤ ਆ ਜਾ ਰਹੀ ਹੈ ਲੰਬੜਦਾਰ ਨਰਿੰਦਰ ਸਿੰਘ ਜੀ 2500 ਰੁਪਇਆ ਇਸ ਕਮੇਟੀ ਨੂੰ ਭੇਜਦੇ ਹਨ ਟੂਰਨਾਮੈਂਟ ਵਾਸਤੇ ਅਸੀਂ ਉਹਨਾਂ ਦਾ ਉਹਨਾਂ ਦੇ ਪਰਿਵਾਰ ਦਾ ਧੰਨਵਾਦ ਕਰਦੇ ਹਾਂ ਕੁਲਵਿੰਦਰ ਸਿੰਘ ਜੀ ਇਸਤਰ ਪੁੱਜਾ ਜੋ ਕਿ ਇਸ ਟਾਈਮ US ਦੇ ਹਨ ਸਤਨਾਮ ਸਿੰਘ ਸੱਦਾ ਦੇ ਜੀਜਾ ਜੀ ਹਨ ਉਹ ਵੀ 1100 ਰੁਪਇਆ ਇਸ ਕਮੇਟੀ ਨੂੰ ਭੇਜ ਰਹੇ ਹਨ ਅਵਿਨਾਸ਼ ਸਿੰਘ ਜੀ ਟਾਂਡੇ ਤੋਂ ਉਹ ਵੀ ਸਤਨਾਮ ਸਿੰਘ ਸੱਦਾ ਦੇ ਜੀਜੇ ਜੀ ਹਨ ਉਹ ਵੀ 1100 ਰੁਪਇਆ ਇਸ ਕਮੇਟੀ ਨੂੰ ਭੇਜ ਰਹੇ ਹਨ ਇਹ ਜੋ ਮਹਾਕੁੰਭ ਦਾ ਮੇਲਾ ਲੱਗਾ ਹੋਇਆ ਹੈ ਇਹ ਬਹੁਤ ਵੱਡੇ ਖਰਚੇ ਨਾਲ ਲੱਗਦਾ ਹੈ ਇਸ ਖਰਚੇ ਨੂੰ ਆਪਾਂ ਸਾਰੇ ਰਲ ਮਿਲ ਕੇ ਹੀ ਕਰ ਸਕਦੇ ਹਾਂ ਤਾਂ ਜੋ ਇਹ ਮੇਲੇ ਸਦਾ ਹੀ ਲੱਗਦੇ ਰਹਿਣਗੇ ਕੁਲਵਿੰਦਰ ਸਿੰਘ ਜੀ ਇਸਰਪੁਰਚਾ 1100 ਰੁਪਇਆ ਅਵਿਨਾਸ਼ ਸਿੰਘ ਜੀ ਟਾਂਡਾ 1100 ਰੁਪਇਆ ਲੰਬੜਦਾਰ ਨਰਿੰਦਰ ਸਿੰਘ ਜੀ 2500 ਰੁਪਇਆ ਇਸ ਕਮੇਟੀ ਨੂੰ ਭੇਜਦੇ ਹਨ ਅਸੀਂ ਬਹੁਤ ਜ਼ਿਆਦਾ ਉਹਨਾਂ ਲੋਕਾਂ ਦਾ ਧੰਨਵਾਦ ਕਰਦੇ ਹਾਂ ਜੋ ਲੋਕ ਪੈਸੇ ਤੌਰ 'ਤੇ ਇਸ ਟੂਰਨਾਮੈਂਟ ਦੀ ਮਦਦ ਕਰ ਰਹੇ ਹਨ ਔਰ ਉਹ ਦਰਸ਼ਕਾਂ ਦਾ ਵੀ ਬਹੁਤ ਜ਼ਿਆਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਬੜੇ ਪਿਆਰ ਸਤਿਕਾਰ ਦਾ ਪਿਆਰ ਦਾ ਸਬੂਤ ਦਿੰਦੇ ਹੋਏ ਕਬੱਡੀ ਦਾ ਆਨੰਦ ਮਾਣ ਰਹੇ ਹਨ ਸੁਭਾ ਜੀ ਕਰੀ ਹੋ ਤਾਂ ਲੈ ਵੀ ਮੈਂ ਨਾਲ ਹੀ ਤੁਹਾਨੂੰ ਦੱਸਿਆ ਸਲੇਮਪੁਰ ਦਾ ਮੇਲਾ 5 ਤੇ 6 ਦਾ ਜਿਹਦੇ 'ਚ ਗੱਗੀ ਖੀਰਾ ਵਾਲੀ ਆ ਪਾਲਾ ਜਲਾਲਪੁਰੀ ਆ ਗੁਰਵਿੰਦਰ ਕਾਹਵਾਲ ਵਾਲਾ ਇਹ ਸਾਰੇ ਵਰਲਡ ਕੱਪ ਦੇ ਖਿਡਾਰੀ ਜਿਹੜੇ ਨੇ ਉਹ ਖੇਡਣ ਨੂੰ ਮਿਲਦੇ ਨੇ ਤੇ ਮੇਰਾ ਵੀਰ 5 ਤੇ 6 ਦਾ ਮੇਲਾ ਪਿੰਡ ਸਲੇਮਪੁਰ ਦੇ ਵਿੱਚ ਚੱਲ ਬਈ ਲਾਸਟ ਫੈਸਲਾ ਜਿਹੜਾ ਰੈਫਰੀ ਦਾ ਜੀ ਜਵਾਨੋ ਲਾਸਟ ਫੈਸਲਾ ਰੈਫਰੀ ਦਾ ਉੱਤੇ ਕਿੰਤੂ ਨਹੀਂ ਕਰਨੀ ਚੱਲ ਵੀ ਕਾਕਾ ਪਾ ਕਬੱਡੀ ਬਈ ਮੈਂ ਅੱਗੇ ਵੀ ਇੱਕ ਕਾਕੇ ਦੀ ਗੱਲ ਕੀਤੀ ਸੀ ਕਾਕਾ ਕਾਲੂਵਾਲ ਤੇ ਕਾਕਾ ਸੁਰਖਪੁਰੀਆ ਵੇਖ ਲਓ ਕਾਕਾ ਸੁਰਖਪੁਰੀਆ ਕਬੱਡੀ ਪਾਉਂਦਾ ਹੋਇਆ ਇਹ ਦੁੱਲੇ ਦੇ ਵਾਰਸ ਨੇ ਪੰਡਿਤ ਦੇ ਵਾਰਸ ਨੇ ਪੰਡਿਤ ਦੇ ਘੜੇ ਹੋਏ ਨੌਜਵਾਨ ਨੇ ਉੱਧਰ ਵੇਖ ਹੋ ਗਈ ਆ ਕਾਕੇ ਦੇ ਨਾਲ ਗੱਲ ਕਾਕੇ ਦੇ ਨਾਲ ਗੱਲ ਹੋਈ ਆ ਲਾਸਟ ਫੈਸਲਾ ਜਿਹੜਾ ਵੇਖੋ ਪੰਜਾਬ ਪੁਲਿਸ ਦੇ ਵਿੱਚ ਆ ਵੀਰ ਜੀ ਮੇਨ ਗੇਟ ਅੱਗੇ ਜਿੰਨੇ ਵੀ ਮੇਰੇ ਵੀਰ ਖਲੋਤੇ ਨੇ ਕਿਰਪਾ ਕਰਕੇ ਸਾਈਡ ਤੇ ਹੋ ਜਾਓ ਕਿਉਂਕਿ ਬੀਬੀਆਂ ਭੈਣਾਂ ਨੇ ਵੱਡੇ ਤੌਰ ਦੇ ਉੱਤੇ ਅੱਜ ਸ਼ਿਰਕਤ ਕੀਤੀ ਹੈ ਮੇਲੇ ਦੇ ਵਿੱਚ ਇਹ ਵੀ ਵਧਾਈ ਦੇ ਪਾਤਰ ਨੇ ਇਸ ਪਿੰਡ ਵਾਲੇ ਕਿਉਂਕਿ ਕਬੱਡੀ ਨੂੰ ਬਹੁਤ ਪ੍ਰੇਮ ਕਰਦੇ ਨੇ ਕਿਉਂਕਿ ਆਖਦੇ ਨੇ ਮੈਂ ਸਾਹ ਗੁਜਰੀ ਤੇ ਮੇਰਾ ਨਾਂ ਗੁਜਰੀ ਮੈਨੂੰ ਕਹਿਣ ਗੁਜਰੀ ਤੇ ਮੇਰੀ ਅੱਲ ਗੁਜਰੀ ਇਹੋ ਜਿਹੀ ਕਹਾਣੀ ਤਾਂ ਮੇਰੇ ਉੱਤੇ ਘੜੀ ਘੜੀ ਗੁਜਰੀ ਪਲ ਪਲ ਗੁਜਰੀ
ਪਹਿਲਾਂ ਪਤੀ ਦਿੱਤਾ ਫਿਰ ਮੈਂ ਪੋਤੇ ਦਿੱਤੇ, ਆਖਿਰ ਮੌਤ ਕਹਿੰਦੀ ਤੂੰ ਵੀ ਚੱਲ ਗੁਜ਼ਰੀ। ਗੁਜ਼ਰੀ ਲੋਕ ਤਾਈਓਂ ਮੈਨੂੰ ਆਖਦੇ ਨੇ, ਜਿਹੜੀ ਆਈ ਸਿਰ ਤੇ ਮੈਂ ਚੱਲ ਗੁਜ਼ਰੀ। ਇਹ ਮਾਵਾਂ ਭੈਣਾਂ ਦੇ ਆਸ਼ੀਰਵਾਦ ਦੇ ਨਾਲ ਹੀ ਏਡੇ ਏਡੇ ਗੱਭਰੂ ਪੁੱਤ ਜਿਹੜੇ ਨੌਜਵਾਨ ਪੁੱਤ ਨੇ ਉਹ ਤਿਆਰ ਹੁੰਦੇ ਨੇ। ਲੈ ਬਈ ਤਗੜੇ ਹੋ ਜਾਓ ਜਵਾਨੋ, ਕਾਲੀ ਆ ਗਿਆ ਜੇ ਬਈ, ਕਾਲੀ ਆ ਗਿਆ, ਕਾਲੀ ਆ ਗਿਆ। ਉਹ ਵੇਖ ਕਹਿੰਦਾ ਭੱਜ ਜਾ ਵੇ ਮਿੱਤਰਾ, ਹੁਣ ਟਕਵੇ ਤੇ ਟਕਵਾ ਖੜ ਕੇ ਭੱਜ ਜਾ ਵੇ ਮਿੱਤਰਾ, ਨੰਬਰ ਜੱਫੇ ਦਾ ਹੋ ਗਿਆ ਬਈ। ਕੁਰਸੀਆਂ ਲਾਈਨ ਤੋਂ ਥੋੜੀਆਂ ਪਿੱਛੇ ਕਰ ਲਓ ਬਈ, ਨਾਲੇ ਆ ਟੱਪ ਜਿਹੜਾ ਪਾਣੀ ਵਾਲਾ ਬਾਹਰ ਕੱਢ ਦਿਓ, ਕੋਈ ਉੱਤੇ ਨਾ ਡਿੱਗ ਪਏ। ਅਮਰਜੀਤ ਆ ਗਿਆ ਜੇ, ਅਮਰਜੀਤ ਤਗੜੇ ਹੋ ਜਾਓ ਬਈ ਜਵਾਨੋ। ਅਮਰਜੀਤ ਨਾਮ ਹੈ ਇਸ ਨੌਜਵਾਨ ਦਾ, ਸੋਨੂੰ ਜੰਪ ਵਾਲੀ ਦਾਜ ਹੈ ਇਸ ਨੌਜਵਾਨ ਦੀ। ਦੇਖ ਹੁਣ ਕਿਸੇ ਦੀ ਗੱਲ ਕਰਕੇ ਵਿਖਾਉਂਦਾ, ਅਮਰਜੀਤ ਅੰਦੇ ਫੜਨੇ ਸੌਖੇ ਨਹੀਂ, ਸ਼ੇਰ ਦਾ ਨੱਕ ਰੇਡਰ ਦਾ ਲੱਕ ਕਬੂਤਰ ਚੀਨੇ, ਇਹ ਫੜਨੇ ਸੌਖੇ ਨਹੀਂ। ਚੀਨ ਦੀ ਕੰਧ ਅਮਰਜੀਤ ਪਾਰ ਹੋ ਗਿਆ ਕਾਕਾ ਤੂੰ, ਚੀਨ ਦੀ ਕੰਧ ਪਾਰ ਹੋ ਗਿਆ। ਮਾਰਦਾ ਵੀ ਛਾਲਾ ਨੌਜਵਾਨ ਕਾਕਾ ਆ ਗਿਆ ਬਈ, ਇੱਕ ਕਾਕਾ ਕਾਰੀ ਸਾਰੀ, ਇੱਕ ਕਾਕਾ ਕਾਲੂਵਾਲ ਤੇ ਇੱਕ ਕਾਕਾ ਸੁਰਖਪੁਰੀਆ। ਆ ਵੇਖ ਸੁਰਖਪੁਰੀਆ ਕਾਕਾ ਮਾਰਦਾ ਹੀ ਛਾਲਾ, ਵਗਾ ਵਗਾ ਸੁੱਟਦਾ ਜਿਵੇਂ ਬਜਾਜੀ ਵਾਲੇ ਥਾਨ ਲਾਲਾ ਸੁੱਟਦੇ ਬਈ। ਮਾਰਦਾ ਛਾਲਾ ਨੰਬਰ ਲੈ ਕੇ ਆ ਗਿਆ ਜੀ ਆਪਣੇ ਘਰ। ਕਾਕਾ ਨਾਮ ਹੈ ਇਸ ਨੌਜਵਾਨ ਦਾ, ਸ਼ੀਲਾ ਆ ਗਿਆ ਜੇ ਸ਼ੀਲਾ, ਤਗੜੇ ਹੋਏ ਜਵਾਨੋ। ਸ਼ੀਲਾ ਸ਼ੀਲਾ ਨੌਜਵਾਨ ਆ ਗਿਆ ਜੇ, ਉਹ ਵੇਖ ਸੱਜੀ ਕੰਨੀ ਦੇ ਉੱਤੋਂ ਭਰਿਆ ਧੌਣ ਤੇ ਹੱਥ। ਸ਼ੀਲੇ ਨੌਜਵਾਨਾਂ ਹੋ ਗਈ ਆ ਝੜਪ, ਇਸ ਨੌਜਵਾਨ ਦੀ ਮਾਰਦਾ ਛਾਲਾ ਨੰਬਰ ਲੈ ਕੇ ਘਰ ਆ ਗਿਆ ਬਈ। ਤਾੜੀਆਂ ਮਾਰ ਦਿਆ ਕਰੋ ਵੀ, ਇਹ ਜਦੋਂ ਇਹੋ ਜਿਹਾ ਨੰਬਰ ਇੱਕ ਵਧੀਆ ਆਉਂਦਾ ਉਦੋਂ ਤਾੜੀ ਜ਼ਰੂਰ ਮਾਰ ਦਿਆ ਕਰੋ। ਚੱਲ ਵੀ ਜਵਾਨਾ ਆ ਗਿਆ ਜੀ ਬਈ, ਰੋਡਾ ਭੋਡਾ ਗੱਭਰੂ, ਇਹ ਬਿਜਲੀ ਬੋਰਡ ਦੇ ਜਨਰੇਟਰ ਵਰਗਾ ਨੌਜਵਾਨ ਵੇਖ ਕਿਹਨੂੰ ਕਰੰਟ ਮਾਰਦਾ ਬਈ, ਵੇਖ ਹੁਣ ਕਿਹਨੂੰ ਮਾਰਦਾ ਕਰੰਟ। ਕਹਿੰਦਾ ਗੱਡੀਆਂ 'ਚ ਗੱਡੀਆਂ ਵੱਜੀਆਂ ਨੀ, ਬਿੱਲੋ ਤੇਰੀ ਤੋਰ ਵੇਖ ਕੇ ਆ ਜੀ ਟੀ ਰੋਡ 'ਤੇ ਬ੍ਰੇਕਾਂ ਲੱਗ ਗਈਆਂ ਨੀ, ਬ੍ਰੇਕਾਂ ਲੱਗੀਆਂ ਨੀ ਜੀ ਟੀ ਰੋਡ 'ਤੇ। ਮਾਰਦਾ ਛਾਲਾ ਕਾਲੀ ਨੰਬਰ ਲੈ ਕੇ ਆਪਣੇ ਘਰ ਬਈ ਨੌਜਵਾਨ ਲਿਖੇ ਦਾ। ਚੱਲ ਬਈ ਜਵਾਨਾ ਅਮਰਜੀਤ ਪਾਚ ਵੱਡੀ ਉੱਧਰ ਵੇਖ ਲਾ, ਸੱਤਾ ਪਹਿਲਵਾਨ ਤਾੜੀਆਂ ਮਾਰਦਾ ਪਿਆ। ਇਹਨੂੰ ਮੈਂ ਦੇਖਿਆ ਸੀ ਭਿੰਦੇ ਇਬਰਾਹਿਮ ਵਾਲ ਦੇ ਨਾਲ, ਜਦੋਂ ਸੱਤੇ ਦੀ ਟੱਕਰ ਹੋਈ ਸੀ ਪੁਲ ਪੱਕੇ, ਤੇ ਦੁਨੀਆਂ ਇਸੇ ਤਰ੍ਹਾਂ ਤਾੜੀਆਂ ਮਾਰਦੀ ਸੀ, ਕਹਿੰਦੀ ਸੀ ਵਾਹ ਸੱਤਿਆ, ਕਮਾਲਾਂ ਕਰ ਦਿੱਤੀਆਂ ਨੇ, ਟਾਹਲੀ ਪਿੰਡ ਦਾ ਨਾਂ ਜਿਹੜਾ ਰੋਸ਼ਨ ਕਰ ਦਿੱਤਾ। ਉਹ ਵੇਖ ਅਮਰਜੀਤ ਨਾਲ ਹੋਈ ਆ ਗੱਲ, ਚੱਪਾ ਚੱਪਾ ਚਰਖਾ ਚੱਲ ਪਿਆ ਬਈ, ਚੱਪਾ ਚੱਪਾ ਚਰਖਾ ਚੱਲ ਪਿਆ। ਲਾਤਾ ਅੰਬੂਜਾ ਦੇ ਸੀਮਟ ਦਾ ਜੋੜ ਇਸ ਨੌਜਵਾਨ ਨੇ ਕਮਾਲ ਕਰਕੇ ਰੱਖ ਦਿੱਤੀ ਆ ਬਈ, ਕਮਾਲਾਂ ਕਰਕੇ ਰੱਖ ਦਿੱਤੀ। ਗੋਲ ਜਿਹਾ ਦਾਇਰਾ ਵਿੱਚ ਹੰਦੇ ਜਦੋਂ ਦਿਸਦੇ, ਚੜ ਜਾਂਦਾ ਚਾਹ ਵਿੱਚ ਖਿਡਾਰੀ ਜਦੋਂ ਦਿਸਦੇ, ਜਾਵਾਂ ਬਿਲਹਾਰੇ ਜਿੰਨੇ ਕਾਢ ਇਹਦੀ ਕੱਢੀ ਹੈ, ਖੇਡਣੀ ਕਬੱਡੀ।